ਆਨਲਾਈਨ ਮੰਗਾਇਆ ਖਾਣਾ ਆ ਜਾਂਦਾ ਹੁੰਦਾ ਹੀ ਆ ਉਹ ਮੋਬਾਈਲ ਤੋਂ ਹੀ ਨਾ ਮਤਲਬ ਕਿ ਆਰਡਰ ਕਰ ਦਈਦਾ ਅੱਛਾ ਮੋਬਾਈਲ ਕਿੰਨੇ ਆਰਡਰ ਲੈ ਹੁੰਦਾ ਓ ਨੋ ਮੋਬਾਈਲ ਤੇ ਆਰਡਰ ਕਰੀਦਾ ਅੱਜ ਕੱਲ ਐਪਾਂ ਆਈਆਂ ਮੁਖਤਲਿਫ ਖਾਣੇ ਡਿਲੀਵਰੀ ਵਾਲੀਆਂ ਫੂਡ ਪਾਂਡਾ ਵਗੈਰਾ ਮੈਂ ਕਿਹਾ ਜਿੱਥੇ ਹੀ ਮੰਗਵਾ ਕੇ ਵੇਖੀਏ ਮੇਹਨਤ ਮੁਹਨਤ ਕਰਦੇ ਨੀ ਘਰ ਬਾਹਰੋਂ ਚਾਰ ਨੀ ਲੈ ਕੇ ਆਉਣਾ ਉਹਨੇ ਉਹ ਕਹਿਣਾ ਪੈਂਦਾ ਤੇ ਫਿਰ ਉਹ ਲੈ ਆਉਂਦੇ ਨੇ ਕੋਈ ਖਾਣੇ ਦੇ ਹਿਸਾਬ ਦੇ ਨਾਲ ਤੁਹਾਨੂੰ ਪਤਾ ਸਾਨੂੰ ਤੱਕ ਮੈਂ ਚਾਰ ਤੋਂ ਬਗੈਰ ਮਜ਼ਾ ਹੀ ਨਹੀਂ ਆਉਣਾ ਬਸ ਅੱਜ ਫਿਰ ਜ਼ਰਾ ਪਰਹੇਜ਼ ਰੱਖੋ ਚਾਰ ਆ ਜਾਂਦਾ ਹੁਣ 15-20 ਮਿੰਟ 'ਚ ਆ ਜਾਂਦਾ ਫੋਰਨ ਖਾਣਾ ਅੱਛਾ ਹੈਲੋ ਉਹ ਹਾਂਜੀ ਸਰ ਜੀ ਓਕੇ ਯਾਰ ਪਾਰਕ ਦੇ ਕਿਹੜੇ ਪਾਸੇ ਆ ਕੇ ਬਹਿ ਗਏ ਜੇ ਅੱਲਾ ਲਿਓ ਅਸੀਂ ਤਾਂ ਘਰਾਂ ਦੇ ਡਿਲੀਵਰੀ ਕਰੀ ਦੀਆਂ ਨੇ ਅਸੀਂ ਤਾਂ ਖਪਾ ਤਾ ਕਿਹੜੇ ਦਰਖਤ ਦੇ ਥੱਲੇ ਬੈਠੇ ਹੋ ਇੱਥੇ ਤਾਂ ਇੰਨੇ ਦਰਖਤ ਲੱਗੇ ਨੇ ਲਾਇਬ੍ਰੇਰੀ ਦੇ ਸਾਹਮਣੇ ਅੱਛਾ ਅੱਛਾ ਠੀਕ ਹੋ ਗਿਆ ਚਲੋ ਆ ਗਿਆ ਜੀ ਆ ਗਿਆ ਆ ਗਿਆ ਆ ਗਿਆ ਜੀ ਆ ਸਲਾਮ ਅਲੈਕੁਮ ਸਰ ਜੀ ਇਹ ਤੁਹਾਡਾ ਆਰਡਰ ਹੈ ਯਾਰ ਤੁਸੀਂ ਤਾਂ ਸਾਜੀ ਖਪਾਤ ਹੈ ਬਾਹਰ ਗੇਟ ਦੇ ਵਿੱਚ ਖਲੋ ਕੇ ਤੁਸੀਂ ਮੈਨੂੰ ਕਹਿੰਦੇ ਠੀਕ ਹੈ ਮੂੰਹ ਤੁਹਾਡਾ ਵੇਖੋ ਪਕੌੜੇ ਖਾਣ ਵਾਲਾ ਤੁਸੀਂ ਉੱਥੋਂ ਦੀ ਕੜਾਹੀਆਂ ਮੰਗਾਉਂਦੇ ਹੋ ਪਿੰਡੋਂ ਆਏ ਹਾਂ ਅਸੀਂ ਕਿਹਾ ਚੱਲ ਮੰਗਾ ਲਈਏ ਹੁਣ ਮਤਲਬ ਪਿੰਡੋਂ ਆਇਓ ਸਰ ਇਹ 1/2 ਕਿਲੋ ਕੜਾਹੀ ਅਤੇ ਨਾਲ ਗਰਮ ਨਾਨ 6 ਠੀਕ ਹੈ ਇਹ ਆਪਣਾ ਗਿੱਲੋ ਅਤੇ ਜਿਹੜਾ ਮੇਰਾ ਜਿਹੜਾ ਹੈਗਾ ਨਾ 1175 ਰੁਪਏ ਜਿਹੜਾ ਮੇਰਾ ਬਿੱਲ ਉਹ ਦੇ ਦਿਓ ਹਾਂਜੀ 1175 ਰੁਪਏ 6 ਮੁਰਗੀਆਂ ਪਾ ਲਈਆਂ ਆ ਸਰ ਜੀ ਇਹ ਔਨਲਾਈਨ ਆ ਵੇਖੋ ਇਹ ਚੈੱਕ ਕਰੋ ਜਨਾਬ ਪਹਿਲਾਂ ਜੋ ਹੋਟਲ ਦੇ ਉੱਤੇ ਰੇਟ ਆ ਨਾ ਅਸੀਂ ਤਾਂ ਉਹੀ ਤੁਹਾਨੂੰ ਦੱਸਣਾ ਨਾ ਤੁਸੀਂ ਜੋ ਮਰਜ਼ੀ ਲਿਖ ਦੇਵੋ ਸਾਨੂੰ ਕੀ ਪਤਾ ਹੋਵੇ ਤੂੰ ਕਿਹੜਾ ਔਨਲਾਈਨ ਮੰਗਾ ਲਿਆ ਜੀ ਇਹਨੇ ਤਾਂ ਪੂਰਾ ਟੱਬਰ ਸਾਡਾ ਖਾਣਾ ਖਾ ਲੈਂਦਾ ਪੈਸੇ ਨਹੀਂ ਹੋਣੇ ਸਰ ਜੀ ਤੁਹਾਡੀ ਮਿਹਰਬਾਨੀ ਮਜ਼ਾਕ ਨਾ ਕਰੋ 1170 ਜਿਹੜੇ ਪਾਉਂਦੇ ਨੇ ਚਲਾ ਯਾਰ ਉੱਥੇ ਬਹਿ ਕੇ ਖਰੋਟੀ ਤਾਂ ਪਹਿਲੇ ਖਾ ਕੇ ਵੇਖੀ ਰੋਟੀ ਖਾ ਲਈਏ ਫਿਰ ਦਿੰਦੇ ਆ ਪੈਸੇ ਸਰ ਜੀ ਮੈਂ ਪੈਸੇ ਦੇ ਦੇ ਸਰ ਜੀ ਉਹ ਮੇਰੀ ਗੱਲ ਸੁਣੋ ਫਿਰ ਰੋਟੀ ਖਾਣ ਤੋਂ ਪਹਿਲੇ ਪੈਸੇ ਮੰਗਣ ਲੱਗ ਜਾਂਦਾ ਉਹ ਜਨਾਬ ਵਾਲਾ ਮੈਂ ਹੋਰ ਵੀ ਆਰਡਰ ਫੜਨੇ ਨੇ ਤੁਹਾਡੀ ਸਿਰਫ ਐ ਚੈੱਕ ਥੋੜੀ ਲੈਣੀ ਜਿਹੜੀ ਡਿਲੀਵਰੀ ਪਹਿਲੇ ਖਾਣਾ ਖਾਈਦਾ ਫਿਰ ਉਸ ਤੋਂ ਬਾਅਦ ਪੈਸੇ ਦੇਈਦੇ ਤੂੰ ਕਿਹੜਾ ਬੰਦਾ ਆ ਗਿਆ ਜਿਹੜਾ ਪਹਿਲੇ ਪੈਸੇ ਮੰਗਣ ਦੇ ਆ ਬੇਟੇ ਪਹਿਲੇ ਨਹੀਂ ਕਦੀ ਹੋਟਲ ਤੋਂ ਰੋਟੀ ਖਾਦੀ ਉਹ ਹੋਟਲ ਤੇ ਰੋਟੀ ਖਾਈਦੀ ਏ ਆਨਲਾਈਨ ਰੋਟੀ ਪਹਿਲਾ ਹੋਟਲ ਆ ਲੈ ਗਿਆ ਜਿਹੜਾ ਕਿ ਜੇ ਪਿੰਡ ਲੇਕਿਨ ਜਾਣਦੇ ਅਸੀਂ ਵੀ ਕਿ ਰੋਟੀ ਖਾ ਕੇ ਪੈਸੇ ਦਿੰਦੇ ਆ ਨਾ ਉਹ ਜਨਾਬ ਵਾਲਾ ਇਹ ਆਨਲਾਈਨ ਕੰਮ ਹੈ ਤੁਹਾਨੂੰ ਮੈਂ ਕਿਸ ਤਰ੍ਹਾਂ ਸਮਝਾਵਾਂ ਬੜੀ ਪਲਾਸਟਿਕ ਦੀ ਬੋਤਲ ਕੁੱਟੀ ਹੁੰਦੀ ਏ ਤੁਹਾਨੂੰ ਅਸੀਂ ਕਿਹਾ ਯਾਰ ਰੋਟੀ ਖਾ ਲਈਏ ਬੱਚੇ ਲਾ ਲੈ ਉਹ ਭਾਈ ਹੈਲੋ ਉਹ ਮੈਂ ਰੋਟੀ ਨਹੀਂ ਪੁਰਗੀ ਨਹੀਂ ਲਾਣੀ ਯਾਰ ਨਹੀਂ ਨਾ ਪਾ ਕੇ ਵਿੱਚ ਉਹ ਯਾਰ ਤੁਸੀਂ ਕੀ ਚੀਚੋ ਦੀ ਮਲੀਆਂ ਆਏ ਹੋ ਕੀ ਹੋ ਗਿਆ ਤੁਹਾਨੂੰ ਲਾਹੌਰ ਸ਼ਹਿਰ 'ਚ ਔਨਲਾਈਨ ਖਾਣਾ ਮੰਗਾਇਆ ਤੁਸੀਂ ਉਹ ਇਸ ਤੋਂ ਬਗੈਰ ਕਿੱਥਾਂ ਖਾਣਾ ਖਾਇਆ ਜਾਂਦਾ ਤੁਸੀਂ ਕਹੋ ਜਾਂ ਸ਼ਹਿਰੀ ਗਏ ਹੋ ਚਾਰ ਫੇਰ ਨਹੀਂ ਲਿਆ ਭਾਈ ਨੇ ਜੋ ਤੁਸੀਂ ਚਾਰ ਦੇ ਪੈਸੇ ਤਾਂ ਮੈਂ ਕਿਨੇ ਕਾਚ ਲੈਣੇ ਨੇ ਭਾਈ ਉਹ ਭਾਈ ਉਹ ਹੈਲੋ ਉਹ ਨਾ ਭਾਈ ਚਾਰ ਦੇ ਬਗੈਰ ਤਾਂ ਮੈਨੂੰ ਰੋਟੀ ਨਹੀਂ ਲੱਗਦੀ ਕੰਨੇ ਖਾਣ ਵਾਲੀ ਕੌਮ ਐਵੇਂ 1/2 ਕਿਲੋ ਕੜਾਈ 4 ਨਾਨ ਨਾਲ ਰਾਇਤਾ ਸਲਾਦ 1170 ਰੁਪਏ ਦੇ ਉੱਤੇ ਆ ਰਿਹਾ ਮੈਨੂੰ ਜੋ ਆਰਡਰ ਲੈਣਾ ਮੈਂ ਹੋਟਲ ਤੇ ਜਾਣਾ ਤੇ ਉਹ ਲਿਆ ਕੇ ਤੇ ਤੁਹਾਨੂੰ ਦੇ ਦੇਣਾ ਉਹਨੇ ਲਿਖਿਆ ਸੀ ਕਿ ਫ੍ਰੀ ਤੁਹਾਨੂੰ ਗਿਫਟ ਦੇਵਾਂਗੇ ਕਿਹੜਾ ਗਿਫਟ ਦੇਵਾਂਗੇ ਉਹ ਤੂੰ ਨਾਨੀ ਦੇ ਘਰ ਆਇਆ ਗਿਫਟ ਦੇ ਰੋਟੀ ਦੇ ਪੈਸੇ ਦੇ ਲਿਆ ਮੈਨੂੰ ਦੇ ਯਾਰ ਚੱਲ ਯਾਰ ਤੇ ਆ ਰਿਹਾ ਨਾ ਸਾਡੇ ਤੇ ਨਹੀਂ ਨਾ ਆ ਰਿਹਾ ਤੇ ਆਪੇ ਕੀਤਾ 400 ਰੁਪਏ ਦੇ ਨੇ ਉਹ ਪਹਿਲਾਂ ਹੈਲੋ 400 ਨਹੀਂ ਗਾ ਭਾਈ ਮੇਰੇ 400 ਠੀਕ ਕਿਹੜੇ ਚੱਕਰਾਂ 'ਚ ਗਵਾਚੇ ਆ ਤੁਹਾਨੂੰ ਦਈਏ ਚਲਾ ਰੋਟੀ ਖਾ ਲਈ ਸਾਡੇ ਨਾਲ ਦੋ ਪੁਰਕੀਆਂ ਤੂੰ ਵੀ ਲਾ ਲੈ ਚਲਾ ਤੂੰ ਭਾਈ ਰਹਿਣ ਦੇ ਮੈਨੂੰ ਨਾ ਰੋਟੀ ਖਵਾ ਤੂੰ ਮੈਨੂੰ ਪੈਸੇ ਦੇ ਮੈਂ ਅੱਗੇ ਹੋਰ ਵੀ ਆਰਡਰ ਲਾਣਾ ਲਿਆ ਇੰਨੇ ਪੈਸੇ ਬੰਦੇ ਕੀ ਹੋ ਗਿਆ ਥੋੜਾ ਜਾਇਜ਼ ਨੇ 600 ਰੁਪਇਆ ਠੀਕ ਹੈ ਲੈ ਲਈ
ਯਾਰ ਤੁਸੀਂ ਪਠਾਣਾ ਕੋਲ ਰੋਟੀ ਮੰਗਾਈ ਹੈ, ਲਾ ਲਓ ਤੁਸੀਂ ਗੱਲਾਂ ਕਰਦੇ ਪਏ ਹੋ। ਤੁਹਾਨੂੰ ਦੱਸਿਆ ਔਨਲਾਈਨ ਜਿਹੜੇ ਮੇਰੇ ਮੋਬਾਈਲ ਤੇ ਆ ਰਹੇ ਨੇ ਨਾ, ਇਹ ਮੈਂ ਹੁਣ ਕੰਪਨੀ ਨੂੰ ਜਮ੍ਹਾਂ ਕਰਾਣੇ ਕਰਾਣੇ ਨੇ ਯਾਰ। ਤੇਰੀ ਕੋਈ ਕਿਹੜੀ ਵੱਡੀ ਕੰਪਨੀ ਲੱਗਣ ਦੀ ਸੀ ਤੇ ਇਹਨੇ ਕਿੰਨੇ ਪਤਾ ਨਹੀਂ ਕੀ ਔਨਲਾਈਨ ਕਿੰਨੇ ਕਿੰਨੇ ਕਿੱਥੋਂ ਮੋਬਾਈਲ ਤੋਂ ਮੰਗਾ ਲਈ। ਇਹ ਵੱਡੇ ਮੂੰਹ ਵਾਲਾ ਲੈ ਆ ਖਾਣਾ ਔਨਲਾਈਨ ਮੰਗਾਇਆ। ਹਾਂ ਔਨਲਾਈਨ ਮੂੰਹ ਆ ਕੇ ਦੇਖ 1200 ਓਏ ਇਹਨਾਂ ਮੰਗਾਇਆ। ਮੈਨੂੰ ਤਾਂ ਪਤਾ ਹੀ ਨਹੀਂ ਨਾ ਉਹ ਚਾਰ ਲੈ ਕੇ ਆਈ ਨਾ ਉਹ ਗੰਡਾ ਲੈ ਕੇ ਆਈ ਲੈ ਕੇ ਆਇਆ ਤੇ ਕਿੰਨੇ 1100 ਰੁਪਏ 70 ਰੁਪਏ ਮੰਗੇ ਜਾਂਦੇ ਆ। ਅੱਜ ਕੀ ਮਸਲਾ ਆ ਤੁਸੀਂ ਬਗਦਾਦ ਦਾ ਚੋ ਨੋ ਯਾਰ ਮੇਰੀ ਸੁਣ ਗੱਲ, ਤੂੰ ਮੈਨੂੰ ਸ਼ਕਲੋਂ ਕੋਈ ਚੰਗਾ ਬੰਦਾ ਲੱਗ ਰਿਹਾ ਹੈ, ਜਾਣਨਾ ਇਹਨਾਂ ਨੂੰ ਜਾਣਨਾ ਯਾਰ ਕਿਹੜੇ ਪਿੰਡ ਜੇ ਬੰਦੇ ਆ ਗਏ ਨੇ ਵੇਖ ਇਹਨਾਂ ਨੇ ਔਨਲਾਈਨ ਰੋਟੀ ਮੰਗਾਈ ਹੈ। 1170 ਰੁਪਏ ਬਿੱਲ ਆ ਰਿਹਾ ਤੇ ਮੈਨੂੰ ਕਹਿੰਦਾ ਜੀ ਮੇਰੇ ਕੋ ਤੇ ਫ੍ਰੀ ਆ ਰਿਹਾ। ਕਿਹੜਾ ਇੱਥੇ ਜਿਹੜਾ ਹੈਗਾ ਕੀ ਲਿਖਿਆ ਫ੍ਰੀ ਲਿਖਿਆ ਕਿ ਨਹੀਂ ਲਿਖਿਆ? ਓ ਪਾਗਲਾ ਓਏ ਓ ਡੱਡੂ ਇਹ ਦੇਖ ਕੇ ਲਿਖਿਆ ਹੈ ਸਲਾਦ ਰਹਿਤਾ ਫ੍ਰੀ ਹੈਗਾ, ਬਾਕੀ ਖਾਣਾ ਤੁਹਾਨੂੰ ਪੈਸੇ ਦੇਣੇ ਪੈਣਗੇ। ਇਹੀ ਮੈਂ ਇਹਨਾਂ ਨੂੰ ਸਮਝਾਈ ਜਾ ਰਿਹਾ ਪਾਗਲਾ ਜੀ ਇਹਨੂੰ 1170 ਰਹਿਤਾ ਸਲਾਦ ਫ੍ਰੀ ਹੈ ਇਹਨੂੰ ਵੇਖ ਖਰਾਬ ਰਹਿਤਾ ਸਲਾਦ ਕੱਢ ਬਾਕੀ ਇਹਨੂੰ ਦੇ ਵਾਪਸ ਖਰਾਬ ਕੱਢ ਪੁੱਤਰ ਪੈ ਪੂਰਾ। ਹੈਲੋ ਓ ਭਾਈ ਓਏ ਗਰੀਬ ਦੀ ਤਨਖਾਹ ਮਰੀ ਹੁੰਦੀ 1170 ਰੁਪਏ ਜਿਹੜੇ ਬਣਦੇ ਨੇ ਪਾਗਲ, ਔਰ ਰਹਿਤਾ ਸਲਾਦ ਉਹਨਾਂ ਨੇ ਰੋਟੀ ਨਾਲ ਖਾਣ ਵਾਸਤੇ ਦਿੱਤਾ ਫ੍ਰੀ, ਇਸ ਕਰਕੇ ਫ੍ਰੀ ਲਿਖਿਆ ਇਹ ਤੂੰ 1170 ਰੁਪਏ ਮੈਨੂੰ ਦੇਣੇ ਨੇ ਲੈ ਰਹਿਤਾ ਸਲਾਦ ਲੈ ਜਾ 40000 ਰੁਪਏ ਖਾਣੀ ਉਹਨੇ ਖਾਣੀ ਹੈ ਨਹੀਂ ਓ ਭਾਈ ਜੀ ਅਜੇ ਖਾਣੀ ਮੈਨੂੰ ਕਹਿੰਦਾ ਤੂੰ ਵੀ ਬਹਿ ਕੇ ਖਾ ਲੈ ਇਹਦੇ ਨਾਲ ਕਿੰਨਾ ਟਾਈਮ ਹੁੰਦਾ ਜਾਵੇ ਉਹਨੂੰ ਹੋਰ ਮੈਂ ਤੇ ਉਹਨੂੰ ਕਿਹਾ ਕਿ 600 ਲੈ ਤੇ ਦੋ ਬੁਰਕੀਆਂ ਜਿਹੜੀ ਤੂੰ ਵੀ ਲਾਣੀਆਂ ਲਾ ਲਈ ਓ ਭਾਈ ਮੇਰਾ 500 ਦਾ ਨੁਕਸਾਨ ਨਾ ਕਰ ਦੋ ਬੁਰਕੀਆਂ ਦਾ ਬੰਦ ਰੱਖ ਦੋ ਬੁਰਕੀਆਂ ਉਹ ਕਿੱਥੇ ਲਾ ਲਵੇ ਉਹਨੂੰ ਹੋਰ ਕੰਮ ਨਾ ਕਰ ਇੱਕ ਬੁਰਕੀ ਤੂੰ ਵੀ ਲਾ ਲਈ ਵਿੱਚ ਤੂੰ ਛੱਡ ਪਰ ਤੇਰੀ ਬੁਰਕੀ ਤੇ ਬੈਠੋ ਯਾਰ ਦੁਆ ਯਾਰ ਭਾਈ 600 ਠੀਕ ਹੈ ਭਾਈ 600 ਜੀ ਕਿੰਨੇ ਹੈਗੇ ਯਾਰ ਤੁਸੀਂ ਪਠਾਣਾ ਹਾਂਜੀ ਯਾਰ 1100 ਤੁਸੀਂ ਕਿੰਨਾ ਕਹਿ ਰਹੇ 600 ਰੁਪਏ ਨਹੀਂ ਇੰਨੀ ਰੋਟੀ ਵੀ ਨਹੀਂ ਯਾਰ 1170 ਰੁਪਏ ਪੂਰਾ ਟੱਬਰ ਰੋਟੀ ਖਾ ਲੰਦਾ ਇਹਦੇ ਸਕਾਬਾ ਦਾ ਪਿੰਡ ਜੇ ਕੋਟ ਗਿਆ ਨਾ ਪਤਾ ਨਾ ਕਿਸੇ ਗੱਲ ਦਾ ਨਹੀਂ ਹੈਗਾ ਬੜੀ ਹੀ ਹੋਏ ਭਗਾਈ ਦੀ ਹੈ ਬਟਨ ਮੋਬਾਈਲ ਦੇ ਜਿੱਦੇ ਬੜੇ ਹੁੰਦੇ ਪਤਾ ਨਹੀਂ ਕਿਹੜੇ ਕੈਮੀਕਲ ਵਾਲੇ ਘਿਓ ਪਾ ਲਿਆਂਦਾ ਨਹੀਂ ਨਾ ਤੁਹਾਡਾ 1170 ਰੁਪਏ ਨਾ ਨਾ 600 ਪਈਆ ਲਵੋ ਇਹਨਾਂ ਕੋਲ 850 ਰੁਪਏ ਉਹ ਲੱਖ ਲਾਣਾ ਤੇ ਸਾਹ ਮੈਂ ਤੈਨੂੰ ਕਿਹਾ ਤੂੰ ਮੁਨਸਫ ਹੋਏਗਾ ਤੂੰ ਵੀ ਮੇਰੇ ਦੇ ਉੱਤੇ ਜਿਹੜਾ ਹੈਗਾ ਪਾ ਰਿਹਾ ਯਾਰ ਤੇਰੀ ਮਿਹਰਬਾਨੀ 1170 ਰੁਪਏ ਦਿਓ ਯਾਰ ਤਾਂ ਚੰਗਾ ਰਹੇਗਾ ਤੈਨੂੰ ਪਾਰਗਾ ਪੂਰੇ ਦੇ ਚੱਕਰ ਲਵਾਣਗੇ ਤੇ ਪਰ ਪਿੰਡੇ ਯਾਰ ਕਹਿ ਦਿੱਤਾ ਉਹ ਸਹੀ ਹੈ ਯਾਰ ਤੁਸੀਂ ਪਠਾਣਾ ਕੋ ਕੰਬਲ ਲੈਣ ਆਏ ਹੋ ਲਾ ਲੋ ਵੇਖ ਤੇਰਾ ਤੇਰੇ 1170 ਮੇਰੇ ਕੋਲ ਆ ਰਹੇ ਨੇ ਅੰਨੇ ਹੋਈਓ ਇਹ ਵੇਖੋ 1170 ਤੁਹਾਡੇ ਮੋਬਾਈਲ ਤੇ ਵੀ ਆ ਰਿਹਾ ਦੋ ਅਨਪੜ ਬੰਦੇ ਨੇ ਚਾਹਲ ਹੀ ਹੈਗੇ ਨੇ ਯਾਰ ਉਹਨਾਂ ਨੂੰ ਫ੍ਰੀ ਪੜਨਾ ਆ ਰਿਹਾ ਇਹ ਵੇਖ ਤੇਰਾ ਮੂੰਹ ਵੇਖ ਇਹਨਾਂ ਨੂੰ ਫ੍ਰੀ ਪੜਨਾ ਆ ਰਿਹਾ 1170 ਨਹੀਂ ਪੜਨੇ ਆ ਰਹੇ ਪੇਜ ਚ ਫ੍ਰੀ ਸਮਝ ਆ ਰਹੀ ਬਸ ਆਹੋ ਇਹਨਾਂ ਸਿਆਣਾ ਨਾ ਬੰਨ ਮੈਨੂੰ ਵੀ ਪੂਰੇ ਪੇਜ ਚ 1170 ਹੀ ਨਜ਼ਰ ਆ ਰਿਹਾ 1170 ਕੋਡ ਤੇ ਨਹੀਂ ਹੈਗਾ ਤੂੰ ਪੈਸੇ ਓਏ ਓਏ ਆਰਐਸ ਲਿਖਿਆ ਥੱਲੇ ਅੰਨੇ ਆਈਆ ਕਦੀ ਆਪਣਾ ਨਾਮ ਆਰਐਸ ਕੀ ਹੁੰਦਾ ਜੀ ਇਹ ਕਿਹੜੀ ਕੰਪਨੀ ਦਾ ਨਾਮ ਚੱਲ ਰਿਹਾ ਨਹੀਂ ਬਸ ਨਾ ਕਰੋ ਉਹਨੂੰ ਕਿਸਾਈ ਦੀ ਮੁੱਢੀ ਉਹਨੂੰ ਦੇ ਪੈਸੇ ਜਲਦੀ ਕਰ ਜਾਵਿਓ ਕਿਧਰੇ ਹੋਰ ਕੰਮ ਕਰੋ ਨਾ ਯਾਰ ਦੁਆ ਯਾਰ ਭਾਈ ਪੈਸੇ ਨਹੀਂ ਦੇਣੇ 900 ਰੁਪਏ ਦੇ ਦੇ ਚੱਲ 1000 ਰੁਪਏ ਬਾਕੀ ਸੋਲ ਲੈ ਕਿਰਾਇਆ ਵੀ ਨਹੀਂ ਬਚਣਾ ਪਿੰਜ ਜਾਣ ਦਾ ਤਾਂ ਪਿੰਡ ਜਾਣ ਦਾ ਨਹੀਂ ਸੀ ਪੈਦਲ ਚੱਲਾ ਗਈ ਨਹੀਂ ਸੀ ਮੰਗਾਣਾ ਮੈਨੂੰ ਤਾਂ ਪਤਾ ਵੀ ਨਹੀਂ ਹੈਗਾ ਇਹਨੇ ਕਰਤਾ ਹੀ ਆਰਡਰ ਉਹਨੇ ਕਰਤਾ ਆਰਡਰ ਤੁਹਾਨੂੰ ਪਹਿਲਾਂ ਪੁੱਛਣਾ ਸੀ ਨਾ ਮੈਨੂੰ ਤਾਂ ਪਤਾ ਵੀ ਨਹੀਂ ਮੈਂ ਭਾਈ ਮੇਰੇ ਮੈਨੂੰ ਦੂਸਰਾ ਅਗਲਾ ਆਰਡਰ ਵਜਦਾ ਪਿਆ ਦਿਓ ਯਾਰ ਪੈਸੇ ਤੁਹਾਡੀ ਮਿਹਰਬਾਨੀ ਜਾਓ ਯਾਰ ਲੱਖ ਲਾਣਾ ਤੁਹਾਡੇ ਤਿੰਨਾਂ ਦੇ ਅੱਲਾ ਕਰੇ ਤੁਹਾਡੇ ਤਿੰਨਾਂ ਦੇ ਤੁਹਾਡੇ ਤਿੰਨਾਂ ਦੇ ਢਿੱਡ ਪੀੜ ਲੱਗਣ ਤੁਹਾਨੂੰ ਉਲਟੀਆਂ ਆਣ ਤੁਹਾਨੂੰ ਪਤਾ ਲੱਗੇ ਗਰੀਬ ਦੀ ਰੋਟੀ ਲਾਣਾ ਤੇ ਤੁਹਾਡੇ ਤੇ